चाहे वो आम आदमी पार्टी के कारिंदे हैं या कांग्रेस के कारिंदे हैं, क्योंकि ये शुरू से किसान, कथित किसान आंदोलन जो है, ये इनके इशारों से चलने वाला एक नाटक है, जिसको अभिमन्यु कोहाट या ये टिकैत या दूसरे चरूनी वगैरह इस प्रकार के जो पैसे लेके काम करने वाले मर्सनरीज होते हैं, अंग्रेजी में एक लफ्ज होता है मर्सनरी, वो जो पैसे लेके हत्याएं करते हैं, वो जो पैसे लेके गुंडागर्दी करते हैं, तो ये मर्सनरी से कम कुछ नहीं है। ये इनका एक ही एजेंडा है कि सरकार को जो भारत की सरकार जो काम कर रही है किसानों के लिए, उसको बुरी लाइट में दिखाना और WTO वगैरह में और दूसरी जो विदेशी कंपनियां किसानी में लगी हुई है दूसरी जगह है, उनका फायदा कराना, आढ़तियों का फायदा कराना, ये इनका काम है। आपने अगर इनके मोडस ऑपरेंडी से देखा होगा, प्रोग्रेसिव फार्मर्स यूनियन है या दूसरे हैं, ये सारे के सारे वो लोग हैं जो कांग्रेस के और या आम आदमी पार्टी के साथ लगे हुए लोग हैं, उनका है। लेकिन मेरा जरूरी सवाल इसमें है कि अगर किसानी जो है वो स्टेट सब्जेक्ट है, ये तो हमको भी पता है, आपको भी पता, सबको पता, ये कोई सिर्फ सेंट्रल का सब्जेक्ट है ऐसा तो नहीं है ना, तो जो कुछ गलत है और जिसके खिलाफ किसान प्रदर्शन कर रहे हैं, तो वो प्रदर्शन विपक्ष की, जहाँ पे बीजेपी की सरकार नहीं है, वहां पे वो मुश्किलात क्यों नहीं आती हैं? अगर पंजाब के अंदर लठ बरसते हैं किसानों के ऊपर तो हाहाकार नहीं मचती क्यों? वहां क्या फूल बरस रहे होते हैं, लठ फूल के बने होते हैं? चलो रमन जी, ਤੁਸੀਂ ਬਣੇ ਰਹਿਣਾ ਸਾਡੇ ਨਾਲ। ਡੱਲੇਵਾਲ ਸਾਹਿਬ ਜੁੜ ਗਏ ਨੇ, ਜਗਜੀਤ ਸਿੰਘ ਡੱਲੇਵਾਲ, ਉਹਨਾਂ ਦਾ ਪ੍ਰਤੀਕਰਮ ਲੈਂਦੇ ਹਾਂ। ਡੱਲੇਵਾਲ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਜਾਂ ਜਿਹੜੀ ਗੱਲ ਰਮਨ ਮਲਿਕ ਹੋਰੀ ਕਹਿ ਰਹੇ ਨੇ? ਮਨੋਹਰ ਲਾਲ ਖੱਟਰ ਹੋਰਾਂ ਨੇ ਸਿੱਧਾ ਸਿੱਧਾ ਕਿਹਾ ਕਿ ਕੁਝ ਸਿਰਫਰੇ ਲੋਕ ਨੇ ਜਿਹੜੇ ਇਸ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਨੇ। ਅਸਲ 'ਚ ਮਨੋਹਰ ਲਾਲ ਖੱਟਰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਮ ਲੋਕ ਇਹਨਾਂ ਪ੍ਰਦਰਸ਼ਨਾਂ ਤੋਂ ਖੱਜਲ ਖੁਆਰ ਹੁੰਦੇ ਨੇ ਔਰ ਉਹ ਲੋਕ ਬੀਜੇਪੀ ਦੇ ਨਾਲ ਜ਼ਿਆਦਾ ਜੁੜ ਰਹੇ ਨੇ। ਚਲੋ ਸਵਾਲ ਇਹ ਹੈ, ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਮੈਂ ਮਲਿਕ ਸਾਹਿਬ ਦੀ ਜਿਹੜੀ ਇਹਨਾਂ ਨੇ ਗੱਲ ਜਿਹੜੇ ਢੰਗ ਦੇ ਨਾਲ ਕਿਸਾਨਾਂ ਦੇ ਉੱਤੇ ਤਣਜ ਕਸਿਆ ਤੇ ਇਹਨਾਂ ਨੂੰ ਗੁੰਡਾਗਰਦੀ ਜਾਂ ਪੈਸੇ ਲੈ ਕੇ ਮਾਰ ਧਾਰ ਕਰਨ ਵਾਲੇ ਲੋਕ ਕਿਹਾ, ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਸ ਗੱਲ ਦੀ ਆਪਦੀ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਕਿਸਾਨਾਂ ਨੂੰ ਤੁਸੀਂ ਕੀ ਸ਼ਬਦ ਕੀ ਵਰਤ ਰਹੇ ਹੋ। ਅਗਲੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਤੁਸੀਂ ਨੋਟ ਕਰਿਓ ਜੀ, ਖੱਟਰ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਕਿ ਵੀ ਇਹ ਜਿਹੜੇ ਨੇ ਇਹ ਜਿਹੋ ਜਿਹੀ ਉਹਨਾਂ ਨੇ ਸ਼ਬਦਾਵਲੀ ਵਰਤੀ ਕਿਸਾਨਾਂ ਬਾਰੇ, ਇਹ ਕੋਈ ਪਹਿਲੀ ਵਾਰੀ ਨਹੀਂ ਵਰਤੀ ਜਾ ਰਹੀ। ਜਦੋਂ ਆਪਣਾ ਪਿੱਛੇ ਕਿਸਾਨ ਅੰਦੋਲਨ ਚੱਲਿਆ ਨਾ ਦਿੱਲੀ ਦੇ ਅੰਦਰ ਜੀ, ਉਸ ਵੇਲੇ ਮਾਣਯੋਗ ਖੱਟਰ ਸਾਹਿਬ ਦਾ ਇੱਕ ਬਿਆਨ ਆਉਂਦਾ ਹੈ ਔਰ ਇਹ ਆਪਦੇ ਲੋਕਾਂ ਨੂੰ, ਆਪਦੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਗੁੰਡਾਗਰਦੀ ਕਿਸਾਨ ਕਰਦੇ ਨੇ ਜਾਂ ਤੁਹਾਡੀ ਲੀਡਰਸ਼ਿਪ ਕਰਦੀ ਹੈ। ਬਿਆਨ ਆਉਂਦਾ ਖੱਟਰ ਸਾਹਿਬ ਦਾ, ਕਹਿੰਦਾ ਲੱਠ ਮਾਰੋ ਇਨ ਸਾਲੋਂ ਕੋ ਭਗਾਓ ਯਹਾਂ ਸੇ, ਅਗਰ ਮੁਕੱਦਮਾ ਬਣ ਜਾਏਗਾ ਜੇਲ੍ਹ ਜਾਓਗੇ ਤੋ ਵਹਾਂ ਸੇ ਨੇਤਾ ਬਣ ਕਰ ਨਿਕਲੋਗੇ। ਇਹ ਬਿਆਨ ਹੈ ਜੀ ਇਹਨਾਂ ਦਾ ਖੱਟਰ ਸਾਹਿਬ ਦਾ, ਇਹਦਾ ਮਤਲਬ ਇਹਨਾਂ ਦੇ ਨੇਤਾ ਬਣਨ ਵਾਸਤੇ ਜਿਹੜੀ ਯੂਨੀਵਰਸਿਟੀ ਹੈ ਉਹ ਜੇਲ੍ਹ ਹੈ ਤੇ ਕ੍ਰਾਈਮ ਕਰਕੇ ਜੇਲ੍ਹ ਚ ਜਾਓਗੇ ਤਾਂ ਉੱਥੋਂ ਨੇਤਾ ਬਣ ਕੇ ਨਿਕਲੋਗੇ। ਇਹਦਾ ਮਤਲਬ ਨੇਤਾਵਾਂ ਦਾ ਕਿਰਦਾਰ ਉਹਨਾਂ ਦੀ ਇਸ ਗੱਲ ਤੋਂ ਸਪਸ਼ਟ ਨਜ਼ਰ ਆ ਰਿਹਾ ਕਿ ਇੱਕ ਹੀ ਨੇ। ਨੰਬਰ 2 ਜਿਹੜੀ ਇਹ ਗੱਲ ਕਰਦੇ ਨੇ ਕਿ ਇਹ ਜਿਹੜੇ ਲੋਕ ਨੇ
ਇਹ ਪਲੈਨਡ ਨੇ, ਇਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਗੱਲ ਕੀਤੀ ਜਿਹੜੀ ਇਹਨਾਂ ਨੇ, ਹੁਣ ਮੈਂ ਉਹਦੇ ਤੇ ਗੱਲ ਕਰਨੀ ਚਾਹੁੰਦਾ ਹਾਂ। ਜਿੱਦੇ ਕਿਤੇ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਪੰਜਾਬ ਦੇ ਵਿੱਚ ਕੋਈ ਪ੍ਰੋਟੈਸਟ ਕਰਦੇ ਹਾਂ, ਇਹ ਇਸੇ ਤਰ੍ਹਾਂ ਜਿੱਦੇ ਕਿਤੇ ਡਿਬੇਟ ਹੁੰਦੀ ਆ, ਗੱਲਬਾਤ ਹੁੰਦੀ ਹੈ ਜੀ, ਤਾਂ ਇਹ ਬੀਜੇਪੀ ਦੇ ਮਾਨਯੋਗ ਆਗੂ ਸਾਹਿਬਾਨ ਪਤਾ ਕੀ ਕਹਿੰਦੇ ਹੁੰਦੇ ਆ, ਦੇਖੋ ਜੀ ਕਿਸਾਨ ਲੀਡਰ ਫਲਾਨਾ ਸਾਡਾ ਬੜਾ ਸਤਿਕਾਰਯੋਗ ਹੈ, ਇਹ ਕਿਸਾਨਾਂ ਨੂੰ ਐਂ ਕਰ ਰਹੇ ਨੇ, ਇਹ ਕਿਸਾਨਾਂ ਨੂੰ ਐਂ ਕਰ ਰਹੇ ਨੇ। ਉਦੋਂ ਤਾਂ ਅਸੀਂ ਸਤਿਕਾਰਯੋਗ ਤੇ ਕਿਸਾਨ ਲੀਡਰ ਹੁੰਦੇ ਹਾਂ, ਬੰਦੇ ਉਹੀ ਹੁੰਦੇ ਆ। ਜਦੋਂ ਅਸੀਂ ਇਹਨਾਂ ਤੋਂ ਕੁਛ ਗੱਲ ਕਰਦੇ ਹਾਂ, ਮੰਗ ਮੰਗਦੇ ਹਾਂ ਤੇ ਰੌਲਾ ਪੈਂਦਾ ਹੈ, ਫਿਰ ਅਸੀਂ ਗੁੰਡੇ ਬਣ ਜਾਂਦੇ ਹਾਂ, ਅਸੀਂ ਮਵਾਲੀ ਬਣ ਜਾਂਦੇ ਹਾਂ, ਅਸੀਂ ਖਾਲਿਸਤਾਨੀ ਬਣ ਜਾਂਦੇ ਹਾਂ, ਅਸੀਂ ਅੱਤਵਾਦੀ ਬਣ ਜਾਂਦੇ ਹਾਂ। ਹੁਣ ਅਗਲੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਅਸੀਂ ਅਸੀਂ ਮੰਗ ਕੀ ਆ, ਸਾਡੀ ਵਿਰੋਧ ਹੋ ਕਿਉਂ ਰਿਹਾ ਜੀ? ਦੇਖੋ ਸਾਡੀ ਅਸੀਂ ਮੰਗ ਕੋਈ ਨੀ ਕਰ ਰਹੇ, ਸਾਡਾ ਸੀਗਾ ਕਿ ਸਰਕਾਰ ਨੇ ਸਮੇਂ ਸਮੇਂ ਤੇ ਸਾਡੇ ਨਾਲ ਕਮਿਟਮੈਂਟਸ ਕੀਤੀਆਂ ਨੇ, ਵਾਅਦਾ ਕੀਤਾ ਸਰਕਾਰ ਨੇ ਕਿ ਅਸੀਂ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ, ਇੱਕ ਗੱਲ। ਨੰਬਰ ਦੋ ਅਗਲੀ ਜਿਹੜੀ ਗੱਲ ਹੈ ਕਿ ਇਹੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਨੇ 2011-12 ਚ, ਉਸ ਵੇਲੇ ਇਹਨਾਂ ਦੇ ਹੱਥਾਂ ਦੀ ਰਿਪੋਰਟ ਪਈ ਹੈ, ਜਦੋਂ ਇਹ ਉਸ ਵੇਲੇ ਸਦਾ ਦੇ ਵਿੱਚ ਇਸ ਕੁਰਸੀ ਤੇ ਨਹੀਂ ਸੀ ਬੈਠੇ, ਤਾਂ ਡਾਕਟਰ ਮਨਮੋਹਨ ਸਿੰਘ ਨੂੰ ਲਿਖ ਕੇ ਭੇਜਦੇ ਨੇ ਕਿ ਐਮ ਐਸ ਪੀ ਅਨਾਊਂਸ ਕਰਨ ਨਾਲ ਕੁਛ ਨੀ ਬਣਨਾ, ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਪਏਗਾ, ਕਾਨੂੰਨ ਦਿਓ, ਇਹਨਾਂ ਦੇ ਹੱਥਾਂ ਦੀ ਰਿਪੋਰਟ ਹੈ। ਅੱਛਾ ਉਹ ਇਹ ਉਹ ਮੰਗਾਂ ਜਿਹੜੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ, ਜਿਹੜੇ ਕਮਿਟਮੈਂਟ, ਇੱਕ ਮਿੰਟ ਜੀ, ਇਹਨਾਂ ਨੇ ਕਮਿਟਮੈਂਟ ਕੀਤੀ ਸਾਡੇ ਨਾਲ 2018 ਚ ਰਿਟਰਨ ਚ ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। 14 ਦੇ ਵਿੱਚ ਆਪਣਾ ਮੋਦੀ ਸਾਹਿਬ ਦਾ ਖੁਦ ਦੇ ਬਿਆਨ ਪਏ ਨੇ ਕਿ ਸਾਡੀ ਸਤਾ ਤੇ ਲਿਆਓ ਸਾਨੂੰ, ਅਸੀਂ ਤੁਹਾਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ। ਉਹ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀ ਕਰਜ਼ ਮਾਫੀ ਕਰਨ ਦੀ, ਇਹਨਾਂ ਦੇ ਬਿਆਨ ਪਏ ਨੇ, ਉਹਨਾਂ ਨੂੰ ਲੈ ਕੇ, ਉਹ ਕਮਿਟਮੈਂਟਸ ਨੂੰ ਲੈ ਕੇ ਲੋਕ ਚੱਲੇ ਨੇ, ਤੇ ਉਦੋਂ ਕਿਸਾਨਾਂ ਦਾ ਏਡਾ ਵੱਡੀ ਪੱਧਰ ਦੇ ਉੱਤੇ ਇਹਨਾਂ ਨੇ ਬੈਰੀਕੇਡਿੰਗ ਕੀਤੀ, ਜਿਵੇਂ ਅਸੀਂ ਬਾਹਰਲੇ ਮੁਲਕ ਤੋਂ ਲੋਕ ਆ ਰਹੇ ਹੁੰਦੇ ਨੇ, ਕੋਈ ਚੀਨ ਦੇ ਲੋਕ ਹਾਂ ਅਸੀਂ, ਯਾਰ ਅਸੀਂ ਵੀ ਭਾਰਤ ਦੇ ਲੋਕ ਹਾਂ, ਸਾਨੂੰ ਵੀ ਇੱਕ ਅਧਿਕਾਰ ਹੈ, ਸਾਡਾ ਰਾਈਟ ਹੈ ਕਿ ਅਸੀਂ ਆਪਦੀ ਸਰਕਾਰ ਦੇ ਕੋਲ ਜਾ ਕੇ ਉਹਨਾਂ ਨੂੰ ਯਾਦ ਕਰਾਈਏ। ਠੀਕ ਹੈ, ਜਵਾਬ ਲੈ ਲਈਏ ਮਲਿਕ ਸਾਹਿਬ ਤੋਂ। ਡੱਲੇਵਾਲ ਸਾਹਿਬ ਹੋਲਡ ਕਰਨਾ ਮਾੜਾ ਜਿਹਾ, ਮਲਿਕ ਸਾਹਿਬ ਤੁਸੀਂ ਸੁਣੀ ਲਈ ਸਾਰੀ ਗੱਲ, ਮੈਂ ਰਿਪੀਟ ਨਹੀਂ ਕਰਦਾ, ਜਵਾਬ ਦੇ ਦਿਓ। देखिए कुछ चीजें बड़ी स्पष्ट रूप से बात करनी चाहिए कि क्या सबसे पहली बात, जब सरकार से एक एमएसपी की मांग कर रहे हैं कि ये फिक्स्ड होनी चाहिए, इससे नीचे कोई खरीदे ना, तो उसमें पैसा किसका जाता है? टैक्स पेयर का, करेक्ट जी? इसमें तो कोई कॉम्प्रोमाइज, इसमें कोई वो तो बात है नहीं ना कि टैक्स पेयर का पैसा नहीं गया, टैक्स पेयर का ही पैसा जाएगा। अब मेरा सवाल ये आता है कि टैक्स पेयर को आप उसके एवज में क्या दे रहे हैं? क्या ये बोलना उचित रहेगा कि अगर किसी बिजनेस के अंदर आपकी इन्वेस्टमेंट हो रही है तो आप उस बिजनेस के साथ आपको उसकी रिटर्न भी मिलनी चाहिए? किसानी कोई खैरात का काम नहीं है, किसानी कोई ये फ्री का काम नहीं हो रहा, पब्लिक सर्विस काम नहीं हो रहा, किसानी एक बिजनेस है, आप एक बिजनेस में हैं। अगर आप सरकार से प्रोटेक्शन मांग रहे हैं तो आप सरकार को दे क्या रहे हैं?
सरकार को देने का मतलब आप जो टैक्स पेयर है उसको दे रहे हैं। अगर कल को मैं ये बोलता हूँ, आप बार बार ये बोलते हैं किसान अगर उगाना अन्नदाता अन्नदाता अन्नदाता, ठीक है अन्न कम उगाते हैं आप, लेकिन अगर अन्न खरीदने वाले बंद कर दें अन्न खरीदना आपसे, फिर तो आप कहाँ जाएंगे सर? बात तो दोनों टू वे होती है, दुनिया भर में अन्न उगाया जा रहा है, कोई ऐसा नहीं साहब, क्योंकि हुण तां चोणां दा माहौल है, ये चीजां ते ऑन टेबल बैठ के सरकार नाल डिस्कस करन वालियां ने, पिछली बारी मीडिया इसका हल टीवी डिबेट्स ते निकल नहीं सकता। अगर आपको नहीं सुनने का, डल्लेवाल साहब कुछ कहना चाह रहे ने, माड़ा जिहा सुन लिए डल्लेवाल साहब। मैं फोन रख देता हूँ अगर आपको नहीं सुनना, मैंने डल्लेवाल साहब को बड़े ध्यान से बिल्कुल चुप होके सुना था। चलो ठीक है, तुसी कह लो अपनी गल, कह लो ठीक है, मैं डल्लेवाल साहब होर दो मिनट होर सुन लो जी। मेरा मानना और मेरा कहना मात्र इतना सा है कि एट द एंड ऑफ द डे हमको ये चीज समझनी पड़ेगी कि हमको हर एक को बैलेंस करना पड़ेगा। सरकार आपको आपकी किसानी के एवज में जो आप MSP पे बेचना चाहते हैं वो आपको दिया है, लेकिन क्या सारा का सारा किसानी जो है वो MSP पे चलेगी या मार्केट ड्रिवन फोर्सेस पे भी चलेगी? क्योंकि अगर सिर्फ MSP पे चलेगी तो ये देश सर्वाइव नहीं कर पाएगा, क्योंकि उसके अंदर इकोनॉमिक इम्बैलेंस हो जाएगा। एट द सेम टाइम अगर आप ये चाहते हैं कि ये एक बैलेंस अप्रोच बने, तो मोस्ट इम्पॉर्टेंट है कि आप या तो ये बोलें सरकार को कि हाँ भैया ये आप हमारे को जो दे रहे हैं हम उसका धन्यवाद करते हैं, और हमारे को ये है कि अब आप दे रहे हैं तो आपको वापस भी मिलना चाहिए, हमारी जो भी लागत होती है उसका ये करिए दे दीजिए, पैसा बढ़ा के दीजिए, सब कुछ करिए, लेकिन एट द सेम टाइम कल को आप अपनी जमीनें नहीं बेच सकें। क्यों जमीनें बेचेंगे? क्योंकि वो जमीनों में इन्वेस्टमेंट तो आपको सरकार की भी मिल रही है ना। मैं मलिक साहब ये बात कह रहा हूं, फिर बहुत सारी पॉइंट्स बन जाएंगे और ये एक अनार्की वाला सिस्टम पहुंचेगा। आप इसको जबरदस्ती देश का माहौल खराब करने के लिए जो शक्तियां चाहती हैं आप उनके हाथों में कठपुतलियां ना बने, आप फ्री मार्केट में रहें, आप मजे से अपना कहें, आप मत बेचिए सस्ते में, आप बोलिए कि नहीं जी मैं अपनी जो गेहूं है वो 5,000 रुपए में बेचता हूँ, नहीं बेच रहा हूँ मैं जिसको मिल, चलो जिसको मैं, नहीं चलो नहीं, मैं हम जवाब ले ला, और तुसी अपनी गल कहती डल्लेवाल साहब थोड़ा ब्रीफ रखो। हाँ। जी देखो पहली तो गल है कि इन्हों ने जिन्या गल्ला करियां जी, इन्होंने एक गल बड़ी बहुत बड़ी कही है कि किसान देश नू दे की रहा है, बहुत बड़ा सवाल है। एक इन्हां ने कहा भी जेकर भला जिहड़े तुहाडे कोलों टैक्स पेयर अनाज खरीदते ने जो खरीदना बंद कर दें तां फिर की होएगा? बहुत वड्डियां गल्लां कहीआं ने ना कि इह जिहड़ियां गल्लां कहीआं ने इट इज पॉसिबल कि अनाज जेकर हुण मैं सवाल इह करदा है जे किसान अनाज उगाउणा बंद कर देण फिर देश नूं खवाउण वास्ते की है सरकार कोल? इह कहिंदे ने किसान दिंदे की ने? देखो श्रीमान जी किसाना ने जिस वेले भारत दे कोल खान नू अन्न नहीं सी इन्ना किसाना नू जा जाके पिंडां दे विच प्रेरिया गया और यह कहा गया कि आ ज्यादा बीज ज्यादा अनाज पैदा करन वाले विकसित बीज बीजो, इन्ना तो वध झाड़ कढ़ो, वध पैसा कमावे लोकां कोले, वध आमदन होवे, वध अनाज पैदा होवे करन लोक, इन्हां ने प्रमोट किया, उहदे नाल अनाज की भरपाई
ਹੋ ਸਕੀ ਦੇਸ਼ ਦੇ ਅੰਦਰ ਅਨਾਜ ਪੂਰਾ ਹੋਇਆ। ਇੱਕ ਗੱਲ ਇਹ ਅਨਾਜ ਪੂਰਾ ਕਰਕੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦਾ ਕੰਮ ਕਰਨ ਵਾਲੇ ਨੂੰ ਇਹ ਕਹਿਣਾ ਕਿ ਤੁਸੀਂ ਵਪਾਰ ਕਰਦੇ ਹੋ, ਤੁਸੀਂ ਧੰਦਾ ਕਰਦੇ ਹੋ, ਤੁਸੀਂ ਇੱਕ ਕਾਰੋਬਾਰੀ ਹੋ, ਮੈਂ ਕਹਿੰਦਾ ਇਹ ਫੇਰ ਮੈਂ ਕਹੂੰਗਾ, ਇੱਕ ਮਿੰਟ ਜੀ ਤੁਸੀਂ ਰੁਕਿਓ, ਹੁਣ ਇੱਕ ਮਿੰਟ ਰੁਕਿਓ, ਇਹ ਕਹਿਣਾ ਇਹ ਫਿਰ ਇੱਕ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ 5 ਏਕੜ ਦਾ ਮਾਲਕ ਆ, ਜੇ ਪੂਰੇ ਭਾਰਤ ਦੇ ਅੰਦਰ ਤੁਸੀਂ ਦੇਖੋਗੇ 2.5 ਏਕੜ ਦਾ ਜ਼ਮੀਨ ਦਾ ਮਤਲਬ ਕੈਲਕੂਲੇਸ਼ਨ ਆਉਣੀ ਆ। ਇੰਨੀ ਕੁ ਜ਼ਮੀਨ ਵਾਲੇ ਕਿਸਾਨਾਂ ਨੂੰ ਕਾਰੋਬਾਰੀ ਕਹਾਂਗੇ, ਸਗੋਂ ਤੁਸੀਂ ਤਾਂ ਕਾਰਪੋਰੇਟ ਲੋਕਾਂ ਦੇ ਹੱਥਾਂ ਜ਼ਮੀਨ ਕਾਰੋਬਾਰੀਆਂ ਦੇ ਹੱਥਾਂ 'ਚ ਦੇਣੀ ਚਾਹ ਰਹੇ ਹੋ। ਚਲੋ ਖੈਰ, ਇੱਕ ਮਿੰਟ ਜੀ, ਮੇਰੀ ਗੱਲ ਨਹੀਂ ਪੂਰੀ ਹੋਈ। ਅਸਲ 'ਚ ਡੱਲੇਵਾਲ ਸਾਹਿਬ, ਇਹ ਮਸਲਾ, ਇਹ ਮੈਂ ਮਲਿਕ ਸਾਹਿਬ ਨੂੰ ਵੀ ਇਹੀ ਗੱਲ ਕਹਿ ਰਿਹਾ ਸੀ, ਇਹਦਾ ਹੱਲ ਟੀਵੀ 'ਤੇ ਨਿਕਲਣ ਵਾਲਾ ਨਹੀਂ ਹੈ। ਮੈਂ ਤਾਂ ਗੱਲ ਸਿਰਫ ਇੰਨੀ ਕਰ ਰਿਹਾ ਸੀ ਕਿ ਜਿਹੜਾ ਪ੍ਰੋਟੈਸਟ ਹੋ ਰਹੇ ਹੈ, ਕੀ ਇਹ ਪ੍ਰੋਟੈਸਟ ਇਸ ਮਸਲੇ ਦਾ ਹੱਲ ਨੇ, ਜਿਹੜੀ ਗੱਲ ਮਨੋਹਰ ਲਾਲ ਖੱਟਰ ਕਹਿ ਰਹੇ ਨੇ। ਸਵਾਲ ਕੀ ਹੈ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜੀ, ਇਹਨਾਂ ਨੇ ਬੀਜੇਪੀ ਦੇ ਜਿਹੜਾ ਮਨ ਦੇ ਵਿੱਚ ਦਿਮਾਗ 'ਚ ਜਿਹੜੇ ਗਲਤ ਗੱਲਾਂ ਘਰ ਕਰੀ ਬੈਠੀਆਂ ਨੇ, ਇਹੀ ਤਾਂ ਕੱਢਣ ਦੀ ਲੋੜ ਆ ਕਿ ਸਮਝਦੇ ਕੀ ਨੇ ਵੀ ਕਿਸਾਨ ਕਾਰੋਬਾਰੀ ਹੈ, ਇਹ ਸਮਝਦੇ ਨੇ ਕਿ ਕਿਸਾਨ ਦੇਸ਼ ਨੂੰ ਦਿੰਦਾ ਕੀ ਹੈ। ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਦੇ ਕੋਰੋਨਾ ਕਾਲ ਆਇਆ, ਤੁਹਾਡੇ ਦੇਸ਼ ਦੀ GDP ਲੁੱਟ ਗਈ, ਉਹਨੂੰ ਬਚਾਇਆ ਕਿਸਾਨ ਨੇ ਜਿੱਦੇ ਐਗਰੀਕਲਚਰ ਦੇ, ਮਤਲਬ ਸਵਾਦ ਆ ਗਿਆ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਮੰਨ ਲਿਆ ਨਾ ਵੀ ਸਾਡਾ ਵੀ ਹੈ ਸਵਾਦ ਆ। ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ 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 ਧੰਨਵਾਦ। ਤੁਸੀਂ 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 ਹੁਣ ਚੁੱਪ ਕਿਉਂ ਨੀ ਕਰਦੇ, ਤੁਸੀਂ ਹੁਣ ਚੁੱਪ ਕਿਉਂ ਨੀ ਕਰਦੇ, ਤੁਸੀਂ ਚੁੱਪ ਕਿਉਂ ਨੀ ਕਰਦੇ, ਗੱਲ ਕਿਉਂ ਨੀ ਪੂਰੀ ਹੋਣ ਦਿੰਦੇ, ਰੋਣਾ ਕਦੇ ਪਾਉਣ ਲੱਗ ਪਏ? ਦੇਸ਼ ਸਾਡਾ ਵੀ, ਹੁਣ ਮੰਨ ਲਿਆ ਨਾ ਤੁਸੀਂ ਵੀ, ਦੇਸ਼ ਸਾਡਾ ਵੀ ਹੈ। ਬਹੁਤ ਧੰਨਵਾਦ ਹੈ, ਮੈਂ ਕਹਿੰਦਾ ਬਹੁਤ ਧੰਨਵਾਦ, ਬਹੁਤ ਧੰਨਵਾਦ, ਤੁਸੀਂ ਇਹ ਮੰਨ ਲਿਆ ਵੀ ਦੇਸ਼ ਸਾਡਾ ਵੀ, ਪਲੀਜ਼ ਹੁਣ ਮੈਨੂੰ ਗੱਲ ਪੂਰੀ ਕਰ ਲੈਂਦੇ ਹੋ, ਵੈਰੀ ਗੁੱਡ। ਅਸਲ ਦੇਸ਼ ਸਾਡਾ ਹੈ, ਇੱਕ ਸੈਕਿੰਡ, ਮੈਨੂੰ ਰਮ ਮਲਿਕ ਜੀ, ਕੋਈ ਰਿਜ਼ਲਟ ਡਿਬੇਟ ਦੇ ਵਿੱਚ ਨਿਕਲਣਾ ਹੀ ਨਹੀਂ ਡੱਲੇਵਾਲ ਸਾਹਿਬ, ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ। ਮਲਿਕ ਸਾਹਿਬ, ਮੇਰਾ ਮਤਲਬ ਇਹ ਆ ਕਿ ਇਸ ਤਰ੍ਹਾਂ ਜੇਕਰ ਇਹਨਾਂ ਦੇ ਮੈਂ ਸਵਾਲਾਂ ਦੇ ਜਵਾਬ ਦੇਣ ਲੱਗੇ, ਇੱਕ ਸੈਕਿੰਡ ਡੱਲੇਵਾਲ ਸਾਹਿਬ ਪਲੀਜ਼, ਮੇਰਾ ਇੱਕ ਸਵਾਲ ਸੁਣ ਲਓ, ਜਵਾਬ ਦੇਣਾ ਹੈ, ਮੇਰਾ ਇੱਕ ਸਵਾਲ ਸੁਣ ਲਓ, ਜੋ ਬੀਜੇਪੀ ਨੂੰ, ਮੈਂ ਇੱਕ ਸੈਕਿੰਡ, ਮੇਰਾ ਸਵਾਲ ਸੁਣ ਲਓ, ਜੋ ਬੀਜੇਪੀ ਨੂੰ ਇਤਰਾਜ਼ ਹੈ, ਮਲਿਕ ਸਾਹਿਬ ਇੱਕ ਸੈਕਿੰਡ, ਸਭ ਕੁਝ ਠੀਕ ਹੈ, ਮਲਿਕ ਸਾਹਿਬ ਇੱਕ ਸੈਕਿੰਡ ਹੋਲਡ, ਮਲਿਕ ਸਾਹਿਬ ਨਹੀਂ ਹੈ ਤਾਂ ਇੱਕੋ ਆਮ ਦੂਤ ਹੈ ਨਾ ਕੋਈ, ਮਲਿਕ ਸਾਹਿਬ ਇੱਕ ਸੈਕਿੰਡ ਹੋਲਡ ਕਰੋ, ਇੱਕ ਸੈਕਿੰਡ ਹੋਲਡ ਕਰੋ, ਮੈਂ ਸਵਾਲ ਪੁੱਛ ਰਿਹਾ, ਮੈਂ ਜੇ ਜਿਹੜਾ ਮਸਲਾ ਹੈ ਨਾ ਆਪਾਂ ਉਸ ਤੇ ਰਹੀਏ, ਇੱਕ ਸੈਕਿੰਡ ਡੱਲੇਵਾਲ ਸਾਹਿਬ, ਸਵਾਲ ਇਹ ਹੈ ਕਿ ਕੀ ਸਿਰਫ ਵਿਰੋਧ ਪ੍ਰਦਰਸ਼ਨ ਹੀ ਇਸ ਦਾ ਜ਼ਰੀਆ ਹੈ ਜਾਂ ਹੱਲ ਕਰਨ ਦੇ ਹੋਰ ਵੀ ਤਰੀਕੇ ਨੇ, ਜਿਹੜੀ ਗੱਲ ਤੇ ਬੀਜੇਪੀ ਇਤਰਾਜ਼ ਚੱਕ ਰਹੀ ਹੈ, ਅਸਲ ਦੇ ਵਿੱਚ ਮਨੋਹਰ ਲਾਲ ਖੱਟਰ ਹੋਰੀ ਕਿਉਂ ਕਹਿ ਰਹੇ ਨੇ ਇਹ ਗੱਲ? ਸਵਾਲ ਕੀ ਹੈ ਜੀ, ਅਸੀਂ ਪਹਿਲੀ ਤਾਂ ਗੱਲ ਆ ਵਿਰੋਧ ਨਹੀਂ ਕਰ ਰਹੇ, ਇਹਨੂੰ ਸਮਝਣ, ਇਹ ਵੀ ਅਸੀਂ ਕਿਉਂ, ਅਸੀਂ ਕਹਿ ਕੀ ਰਹੇ ਹਾਂ, ਅਸੀਂ ਕਹਿੰਦੇ ਹਾਂ ਕਿ ਬਈ ਤੁਸੀਂ ਸਾਡੇ ਨਾਲ ਕਮਿਟਮੈਂਟ ਕੀਤੀਆਂ ਨੇ, ਕਮਿਟਮੈਂਟ ਦੇ ਮੰਗ ਚ ਫਰਕ ਹੁੰਦਾ ਜੀ, ਜ਼ਮੀਨ ਅਸਮਾਨ ਦਾ, ਇੱਕ ਤਾਂ ਹੁੰਦਾ ਨਵੀਂ ਮੰਗ ਲੈ ਕੇ ਚੱਲੇ ਆ, ਮੰਨਣਾ ਮੰਨਣਾ, ਨਹੀਂ ਮੰਨਣਾ ਨਾ ਮੰਨਣਾ, ਸਰਕਾਰ ਦੀ ਮਰਜ਼ੀ ਹੈ, ਜਿਹੜੀ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਉਹ ਤਾਂ ਪੂਰੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਬਣਤੀ ਹੈ ਨਾ ਜੀ, ਅਸੀਂ ਉਹ ਕਮਿਟਮੈਂਟ ਯਾਦ ਕਰਾਉਣ ਚੱਲੇ, ਸਾਡੇ ਸਾਹਮਣੇ ਕਿੱਲਾਂ ਗੜਤੀਆਂ, ਸਾਡੇ ਸਾਹਮਣੇ ਬੈਰੀਗੇਟ ਲੱਗੇ ਸੀਮੈਂਟ ਦੇ, ਹੁਣ ਉੱਥੇ ਸਾਡੇ ਮਤਲਬ 400 ਕਿਸਾਨਾਂ ਦੇ ਸਿੱਧੀਆਂ ਗੋਲੀਆਂ ਮਾਰ ਕੇ ਕਿਸਾਨ ਸ਼ਹੀਦ ਕਰਤੇ, ਸਾਡਾ ਇੱਕ ਨੌਜਵਾਨ ਜਦੋਂ ਸ਼ਹੀਦ ਹੋਇਆ ਉਹਦਾ ਭਾਈ ਅਸੀਂ ਘੱਟੋ ਘੱਟ
ਤੁਹਾਨੂੰ ਇਹ ਤਾਂ ਪੁੱਛਾਂਗੇ ਨਾ ਵੀ ਆ ਤੁਸੀਂ ਵਾਅਦੇ ਕੀਤੇ ਆ ਕਿ ਨਹੀਂ ਕੀਤੇ। ਅਸੀਂ ਦਿੱਲੀ ਆ ਕੇ ਆ ਤੁਹਾਨੂੰ ਵਾਅਦੇ ਯਾਦ ਕਰਾਉਣਾ ਚਾਹੁੰਦੇ ਸੀ। ਮਲਿਕ ਸਾਹਿਬ ਦਿੱਲੀ ਨੀ ਵੜਨ ਦੇਣਾ, ਹੁਣ ਅਸੀਂ ਤੁਹਾਨੂੰ ਜਦੋਂ ਤੁਸੀਂ ਸਾਡੇ ਕੋਲੇ ਅੱਜ ਇੱਕੋ ਹੀ ਟਾਈਮ ਹੈ ਵੋਟਾਂ ਦੇ ਟਾਈਮ ਤੇ ਸਾਡੇ ਕੋਲੇ ਆਉਣਾ, ਊਂ ਤਾਂ ਤੁਸੀਂ ਸਾਨੂੰ ਨੇੜੇ ਲੱਗਣ ਨੀ ਦਿੰਦੇ, ਤਾਂ ਫਿਰ ਵੋਟਾਂ ਦੇ ਟਾਈਮ ਤੇ ਤਾਂ ਅਸੀਂ ਸਵਾਲ ਕਰਾਂਗੇ ਨਾ, ਸਾਨੂੰ ਸਾਡੇ ਸਵਾਲਾਂ ਨੂੰ ਇਹ ਵਿਰੋਧ ਮੰਨਦੇ ਨੇ। ਤੁਸੀਂ ਹੁਣ ਹੁਣ ਉਸ ਸ਼ਬਦ ਤੇ ਆਏ ਹੋ ਮਲਿਕ ਸਾਹਿਬ, ਸਵਾਲ ਤੇ ਵਿਰੋਧ ਦੋ ਸ਼ਬਦ ਨੇ, ਇੱਕ ਸਵਾਲ ਹੈ ਇੱਕ ਵਿਰੋਧ ਹੈ। ਦੇਖਿਏ ਮੈਂ ਅਭੀ ਬੜਾ ਸਪਸ਼ਟ ਰੂਪ ਸੇ ਬੋਲਤਾ, ਵਿਰੋਧ ਲੋਕਤੰਤਰ ਮੇ ਸਬਸੇ ਜ਼ਰੂਰੀ ਐਲੀਮੈਂਟ, ਮੈਂ ਉਸਕਾ ਸਮਰਥਨ ਕਰਤਾ ਹੂੰ ਔਰ ਮੈਂ ਉਸਸੇ ਵਿਰੋਧ ਨਹੀਂ ਕਰਤਾ ਕਿ ਕਿਸੀ ਵੀ ਰਜੀਮ ਕਾ ਕਿਸੀ ਵੀ ਵਿਸ਼ੇ ਕਾ ਵਿਰੋਧ ਨਹੀਂ ਹੋ ਸਕਤਾ, ਐਸਾ ਨਹੀਂ ਹੈ। ਉਸਕੀ ਵਜ੍ਹਾ ਯੇ ਹੈ ਕਿਉਂਕਿ ਕਈ ਲੋਕ ਉਸਕੋ ਠੀਕ ਸਮਝੇਂਗੇ, ਕੁਛ ਲੋਕ ਉਸਕੋ ਗਲਤ ਸਮਝੇਂਗੇ, ਯਹੀ ਲੋਕਤੰਤਰ ਕੀ ਖੂਬਸੂਰਤੀ ਹੈ। ਲੇਕਿਨ ਲੇਕਿਨ ਕਿਆ ਪੰਜਾਬ ਅਕੇਲਾ ਹੀ ਕਿਸਾਨੀ ਕਰਤਾ ਹੈ? ਕਿਆ ਉੱਤਰ ਭਾਰਤ ਅਕੇਲਾ ਹੀ ਇੱਕ ਹਿੱਸਾ ਕਿਸਾਨੀ ਕਰਤਾ ਹੈ? ਬਿਹਾਰ ਨਹੀਂ ਕਰਤਾ, ਬੰਗਾਲ ਨਹੀਂ ਕਰਤਾ, ਪੂਰਵੋਤਰ ਨਹੀਂ ਕਰਤਾ, ਦਕਸ਼ਿਣ ਨਹੀਂ ਕਰਤਾ, ਉੱਤਰ ਨਹੀਂ ਕਰਤਾ, ਪੂਰਵ ਨਹੀਂ ਕਰਤਾ, ਪਸ਼ਚਿਮ ਨਹੀਂ ਕਰਤਾ, ਇੱਕ ਵਿਸ਼ੇ ਹੈ ਇਹ। ਆਪਕੋ ਇਹ ਚੀਜ਼ ਸਮਝਣੀ ਪੜੇਗੀ ਕਿ ਪੂਰੇ ਦੇਸ਼ ਕਾ ਵਿਸ਼ੇ ਹੈ, ਇੱਕ ਪ੍ਰਾਂਤ ਕਾ ਵਿਸ਼ੇ ਨਹੀਂ ਹੈ, ਸਬਸੇ ਪਹਿਲੀ ਬਾਤ। ਸਬਸੇ ਦੂਸਰੀ, ਜੋ ਆਪ ਆਜ ਬਾਤ ਕਰ ਰਹੇ ਹੈ ਕਿ MSP 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 ਤੇ ਕਿਸਾਨ ਕਿਤਨਾ ਹਿੱਸਾ ਵੇਚਤਾ, ਉਸ ਹਿੱਸੇ ਕੋ ਸਰਕਾਰ ਲੇਤੀ ਹੈ, ਕਿਸ ਲਈ ਲੇਤੀ ਹੈ? ਇੱਕ ਬਹੁਤ ਇੰਪੋਰਟੈਂਟ ਪੁਆਇੰਟ ਪੇ ਆ ਰਹਾ ਹੂੰ ਜਿਸਕੋ ਆਪਕੋ ਸਮਝਣਾ ਪੜੇਗਾ। ਅਗਰ ਆਪਕੋ MSP ਬਨਾਨੀ ਹੈ, MSP ਕਾ ਮਤਲਬ ਯੇ ਹੈ ਕਿ ਕੰਟਰੋਲਡ ਪ੍ਰਾਈਸ ਰਹੇਗੀ। ਅਗਰ ਕੰਟਰੋਲਡ ਪ੍ਰਾਈਸ ਰਹੇਗੀ ਤਾਂ ਪੂਰੇ ਦੇਸ਼ ਮੇ ਵਾਪਿਸ ਜੋ ਆਪ ਵੀ ਅਨਾਜ ਬਾਜ਼ਾਰ ਸੇ ਲੇਤੇ ਹੈ, ਆਜ ਹਮ ਆਸ਼ੀਰਵਾਦ ਹੈ ਦੂਸਰੇ ਆਟਾ ਹੈ ਵੋ ਤੀਸਰਾ ਹੈ, ਉਹ 40 ਰੁਪਏ ਕਿਲੋ ਆਟਾ ਵੇਚ ਰਿਹਾ ਹੈ, ਆਪਸੇ 2400 ਰੁਪਏ ਕੇ ਲੇਤਾ ਹੈ ਗੇਹੂੰ, 40 ਰੁਪਏ ਕਿਲੋ ਆਟਾ ਵੇਚਤਾ ਹੈ, ਮੇਰੇ ਕੋ ਯੇ ਬਤਾਈਏ ਕਿ ਜਬ ਆਪ ਇਸੀ ਕੋ ਆਗੇ ਬੜਾਤੇ ਹੈ ਤੋ ਫਿਰ ਯੇ ਕਿਤਨੇ ਕਾ ਆਟਾ ਆਪਕੋ ਆਏਗਾ? ਯੇ ਜੋ ਗਰੀਬ ਜੋ ਇਨਸਾਨ ਕੇ ਲਈ ਹਮ ਬਾਤ ਕਰ ਰਹੇ, ਜੋ ਆਪਸੇ 400 ਰੁਪਏ ਦਿਹਾੜੀ ਲੇਤਾ ਹੈ, ਆਪ ਏਸੀ ਕਮਰੇ ਮੇ ਬੈਠ ਕੇ ਕਿਸਾਨੀ ਕਰਤੇ ਹੈ, ਲੇਕਿਨ ਦੂਸਰਾ ਜੋ ਕਟਾਈ ਵਾਲਾ ਮਜ਼ਦੂਰ ਹੈ, ਦੂਸਰਾ ਹੈ ਜੋ 400-500 ਰੁਪਏ ਦਿਹਾੜੀ ਲੇਤਾ ਹੈ, ਉਸਕੋ ਆਪ ਕਿਤਨੇ ਰੁਪਏ ਕਿਲੋ ਆਟਾ ਖਿਲਾਨੇ ਕੇ? ਚਲੋ ਮੈਂ ਮੇਰੇ ਕੋਲੇ ਦੇਖੋ, ਇਹ ਬੜੀ ਲੰਬੀ ਡਿਬੇਟ ਹੈ, ਮੈਂ ਫਿਰ ਮਲਿਕ ਸਾਹਿਬ ਉਹੀ ਗੱਲ ਕਹਿ ਰਹੇ ਹਾਂ, ਡੱਲੇਵਾਲ ਸਾਹਿਬ ਨੂੰ ਮੇਰੀ ਇਹੀ ਅਰਜ਼ ਹੈ। ਮੈਨੂੰ ਇੱਕ ਮਿੰਟ ਹੋਰ ਪਲੀਜ਼ ਜੇ ਦੇ ਸਕੋ ਤਾਂ। ਜੀ ਜੀ ਜੀ, ਬਹੁਤ ਛੋਟਾ ਜਿਹਾ ਜੀ, ਮੇਰੇ ਕੋਲ ਸਮਾਂ, ਕਿਉਂਕਿ ਬੜੀ ਲੰਬੀ ਡਿਬੇਟ ਹੈ ਡੱਲੇਵਾਲ ਸਾਹਿਬ, ਇਹਦਾ ਕੋਈ ਅੰਤ ਐਡੀ ਛੇਤੀ ਨਹੀਂ ਹੋ ਸਕਦਾ। ਪਤਾ ਗੱਲ ਕੀ ਹੈ ਜੀ, ਜੀ ਇਹ ਫਿਰ ਮਤਲਬ ਕਿਸੇ ਵੇਲੇ ਅਸੀਂ ਇਹਨੂੰ ਇਹ ਕਿਹਾ ਵੀ ਆਓ ਮੈਦਾਨ ਚ ਬਹਿ ਜਾਈਏ, ਕਿਸੇ ਵੇਲੇ ਤਸੱਲੀ ਕਰਾ ਲਾਂਗੇ। ਕਿਸਾਨ ਦੀ 22 ਰੁਪਈਏ ਕਿਲੋ ਕਣਕ ਖਰੀਦ ਕੇ 45 ਰੁਪਈਏ ਕਿਲੋ ਆਟਾ ਵਿਕਦਾ, ਮਜ਼ਦੂਰ ਤਾਂ ਅੱਜ ਮਜ਼ਦੂਰ ਨੂੰ ਤੁਸੀਂ ਜਿਹੜਾ ਗਰੀਬ ਦੀ ਜਿਹਦੀ ਤੁਸੀਂ ਗੱਲ ਕਰਦੇ ਹੋ, ਉਹਨੂੰ 22 ਰੁਪਈਏ ਤੋਂ ਲੈ ਕੇ ਉਹਨੂੰ ਵੱਧ ਤੋਂ ਵੱਧ ਆਟਾ ਪੀਸਣ ਤੇ 2 ਰੁਪਈਏ ਖਰਚਾ ਆ ਜਾਂਦਾ ਹੋਊਗਾ ਕਿਲੋ ਤੇ, ਉਹਨੂੰ ਤੁਸੀਂ 22 ਦੀ ਬਜਾਏ 24 ਰੁਪਈਏ ਕਿਉਂ ਨੀ ਪ੍ਰੋਵਾਈਡ ਕਰਵਾਉਂਦੇ ਜੀ? ਉਹਨੂੰ 45 ਕਿਉਂ ਮਿਲਦਾ? ਉਹ ਸਨ ਵਿਚਲੇ ਜਿਹਨਾਂ ਦੀ ਤੁਸੀਂ ਰਾਖੀ ਕਰਦੇ ਹੋ, ਜਿਹਨਾਂ ਦੀਆਂ ਸਰਕਾਰਾਂ ਹਮੇਸ਼ਾ
ਸਰਕਾਰਾਂ ਹਮੇਸ਼ਾ। ਚਲੋ ਮੈਂ 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 ਮਾਫੀ ਚਾਹੂੰਗਾ ਦੋਨਾਂ ਆਗੂਆਂ ਤੋਂ। ਬੇਸਿਕਲੀ ਇਹ ਬੜਾ ਲੰਬਾ ਵਿਸ਼ਾ ਹੈ, ਜ਼ਿਕਰ ਅਸੀਂ ਬਿਆਨ ਦਾ ਕਰ ਰਹੇ ਸੀ, ਕਿਸਾਨ ਕਹਿ ਰਹੇ ਨੇ ਕਿ ਸਵਾਲ ਪੁੱਛ ਰਹੇ ਹਾਂ ਅਸੀਂ, ਔਰ ਬੀਜੇਪੀ ਕਹਿ ਰਹੀ ਹੈ ਕਿ ਵਿਰੋਧ ਕੀਤਾ ਜਾ ਰਿਹਾ, ਅਸਲ 'ਚ ਮਸਲਾ ਇੱਥੇ ਹੀ ਫਸਿਆ। ਬਹੁਤ ਬਹੁਤ ਧੰਨਵਾਦ ਮਲਿਕ ਸਾਹਿਬ ਔਰ ਡੱਲੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ, ਇਹ ਗੱਲਬਾਤ ਕਰ ਲਈ, ਪਰ ਇਹ ਇੱਕ ਲੰਬੀ ਡਿਬੇਟ ਦਾ ਵਿਸ਼ਾ ਹੈ। ਸੋ ਇਸ ਵੇਲੇ ਕਿਉਂਕਿ ਲੋਕ ਸਭਾ ਚੋਣਾਂ ਦਾ ਸਮਾਂ ਹੈ, ਕੈਂਡੀਡੇਟ ਚੋਣ ਪ੍ਰਚਾਰ ਕਰ ਰਹੇ ਨੇ, ਕਿਸਾਨ ਉਹਨਾਂ ਨੂੰ ਰੋਕਦੇ ਨੇ, ਉਹਨਾਂ ਨੂੰ ਘੇਰਦੇ ਨੇ, ਉਹਨਾਂ ਤੋਂ ਸਵਾਲ ਪੁੱਛਦੇ ਨੇ, ਔਰ ਉਸ ਤਰੀਕਿਆਂ 'ਤੇ ਬੀਜੇਪੀ ਸਵਾਲ ਚੱਕ ਰਹੀ ਹੈ।